ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਪਿਛਲੇ ਦਿਨੀ ਲਗਾਤਾਰ ਹੋਈ ਬਾਰਿਸ਼ ਨਾਲ ਜਲ ਥਲ ਹੋ ਗਈ। ਭਾਰੀ ਬਾਰਿਸ਼ ਕਾਰਨ ਸੰਗਰੂਰ ਚ ਘੱਗਰ ਦਰਿਆ ਦਾ ਬੰਨ ਟੁੱਟ ਗਿਆ, ਪਰ ਹਾਲੇ ਤੱਕ ਬੰਨ ਨੂੰ ਜੋੜਿਆ ਨਹੀਂ ਗਿਆ, ਜਿਸ ਨੂੰ ਲੈ ਕੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਲੋਕ ਪ੍ਰਸ਼ਾਸਨ ਖਿਲਾਫ ਰੱਜ ਕੇ ਭੜਾਸ ਕੱਢ ਰਹੇ ਨੇ। ਦੇਖੋ ਲੋਕਾਂ ਦਾ ਗੁੱਸਾ। ਉੱਥੇ ਜਦੋਂ ਸਾਡੇ ਸੰਗਰੂਰ ਦੇ ਪੱਤਰਕਾਰ ਗੁਲਜ਼ਾਰ ਮੱਲੀ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਖੁੱਲ ਕੇ ਭੜਾਸ ਕੱਢੀ। ਪਿਛਲੇ 4 ਦਿਨਾਂ ਤੋਂ ਜੋ ਘੱਗਰ ਦਰਿਆ ਦੇ ਵਿੱਚ ਪਾੜ ਪਿਆ ਹੋਇਆ ਹੈ, ਉਸ ਨਾਲ ਹਜ਼ਾਰਾਂ ਏਕੜ ਜੋ ਫਸਲ ਬਰਬਾਦ ਹੋ ਚੁੱਕੀ ਹੈ। ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਕਿ ਕਿੰਨਾ ਕੁ ਪਾਣੀ ਜਾਣੀ ਕਿ ਵਹਾਅ 'ਤੇ ਚੱਲ ਰਿਹਾ ਹੈ। ਇਹ ਰੋਡ ਜੋ ਕਿ ਪਾਤਰਾਂ ਤੋਂ ਜਾਖਲ ਰੋਡ ਹੈ, ਇਸ ਰੋਡ ਦੇ ਉੱਪਰ ਇਸ ਟਾਈਮ ਪੂਰਾ ਪਾਣੀ ਜਾਣੀ ਕਿ ਵਹਾਅ ਚੱਲ ਰਿਹਾ ਹੈ। ਟ੍ਰੈਫਿਕ ਨੂੰ ਵੀ ਸਮੱਸਿਆ ਆ ਰਹੀ ਹੈ। ਦੇਖੋ ਤੁਸੀਂ ਲਾਈਵ ਤਸਵੀਰਾਂ ਕਿਵੇਂ ਰੋਡ ਦੇ ਉੱਪਰ ਦੀ ਪਾਣੀ ਕਰੋਸ ਹੋ ਕੇ ਅਗਲੇ ਹਿੱਸੇ ਦੇ ਜੋ ਫਸਲ ਹੈ ਉਸ ਨੂੰ ਵੀ ਬਰਬਾਦ ਕਰ ਚੁੱਕਾ ਹੈ। ਇਹ ਕਿਸਾਨਾਂ ਦੀ ਭਰਪਾਈ ਤਾਂ ਹੁਣ ਹੋਣੀ ਨਹੀਂ ਹੈ, ਕਿਉਂਕਿ ਇਹ ਸਾਰਾ ਜੋ ਵੀ ਸਿਸਟਮ ਹੈ ਸਰਕਾਰ ਦੀਆਂ ਨਲੈਕੀਆਂ ਦੇ ਕਾਰਨ ਹੀ ਵਾਪਰਿਆ ਹੈ। ਪਹਿਲਾਂ ਵੀ ਫਤਿਹਵੀਰ ਵੇਲੇ ਵੀ ਇਹੀ ਕਾਰਨ ਸੀ ਕਿ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਜਾਣੀ ਕਿ ਇਸ ਕਾਰਜ ਵਿੱਚ ਲੱਗਣ ਨਹੀਂ ਸੀ ਦਿੱਤਾ। ਹੁਣ ਵੀ NDRF ਦੀ ਟੀਮ ਅਤੇ ਮਿਲਟਰੀ ਵੱਲੋਂ ਉੱਥੇ ਮੋਰਚਾ ਜੋ ਸੰਭਾਲਿਆ ਹੋਇਆ, ਲੇਕਿਨ ਉਹ ਬਿਲਕੁਲ ਨਾਕਾਮੀ ਤੋਂ ਸਿੱਧ ਹੋ ਰਿਹਾ ਹੈ। ਉਸੇ ਕਾਰਨ ਹੀ ਇਹ 4 ਦਿਨ ਹੋ ਗਏ, ਜਿਸ ਕਾਰਨ ਇਹ ਪਾਣੀ ਦਾ ਬੰਧ ਅਜੇ ਤੱਕ ਨਹੀਂ ਬੰਨਿਆ ਜਾ ਚੁੱਕਾ। ਹਜੇ ਵੀ ਲੱਗਦਾ ਹੈ ਕਿ ਇਹ ਬੰਨ ਬੰਨਣ ਦੇ ਵਿੱਚ 1-2 ਦਿਨ ਦਾ ਟਾਈਮ ਲੱਗੇਗਾ। ਉਹ ਵੀ ਹੋ ਸਕਦਾ ਕਿ ਕੁਦਰਤ ਵੱਲੋਂ ਜੇ ਪਿੱਛੇ ਪਾਣੀ ਦਾ ਵਹਾਅ ਘੱਟ ਜਾਵੇ। ਵੀਰ ਜੀ, ਕੀ ਮਤਲਬ ਜਿਹੜਾ ਪਾਣੀ ਇਹ ਕਿੱਥੋਂ ਆਇਆ, ਕਿਵੇਂ ਹੈ, ਕੀ ਕਾਰਨ ਹੈ? ਇਹ ਕਈ ਦਿਨਾਂ ਤੋਂ ਹੀ ਬੰਨ ਰੁੱਟ ਰਿਹਾ ਹੈ। ਲਗਭਗ ਇਹ ਪਾਣੀ ਦਾ ਜਿਹੜਾ ਖਿੱਚਾ ਹੈ ਉਹ ਵੱਧਦਾ ਜਾਂਦਾ ਹੈ, ਨਾਲ ਪਿੰਡ ਦੀਆਂ ਫਸਲਾਂ ਵੀ ਹੋ ਰਹੀਆਂ ਤਬਾਹ, ਅਤੇ ਪਾਣੀ ਹੁਣ ਪਿੰਡ ਦੇ ਵਿੱਚ ਵੀ ਜਾਣ ਲੱਗ ਗਿਆ ਹਰ, ਅਤੇ ਟ੍ਰੈਫਿਕ ਨੂੰ ਸਮੱਸਿਆ। ਇਹ ਕਿੰਨੇ ਕੁ ਪਿੰਡਾਂ ਦੇ ਵਿੱਚ ਜਾਣੀ ਕਿ ਪਾਣੀ ਕ੍ਰੋਸ ਹੋ ਗਿਆ, ਕਿੰਨੇ ਕੁ ਪਿੰਡ ਡੁੱਬੇ ਇਸ ਪਾਣੀ ਵਿੱਚ? ਲਗਭਗ ਇਹਦੇ ਨਾਲ ਹੀ 7-8 ਪਿੰਡਾਂ ਦਾ ਜੀ। ਫਸਲ ਤੁਸੀਂ ਕਿੰਨਾ ਕੁ ਅੰਦਾਜ਼ਨ ਮਤਲਬ ਜਿਹੜੀ ਰਕਬਾ ਖਰਾਬ ਹੋ ਚੁੱਕਿਆ? 5-6 ਹਜ਼ਾਰ ਏਕੜ। ਜੋ ਪਸ਼ੂਆਂ ਵਾਸਤੇ ਚਾਰੇ ਦਾ ਜਾਂ ਕੋਈ ਹੋਰ ਸੁੱਕੇ ਦਾ ਪ੍ਰਬੰਧ ਹੈ? ਪ੍ਰਬੰਧ ਕੋਈ ਪ੍ਰਬੰਧ ਨਹੀਂ, ਪ੍ਰਬੰਧ ਨਹੀਂ। ਤੁਸੀਂ ਵੀਰ ਜੀ ਦੱਸੋ ਵੀ ਇਹ ਜੋ ਇੰਨਾ ਨੁਕਸਾਨ ਹੋਇਆ, ਵੀ ਇਹ ਕਿਸ ਕਾਰਨ ਹੋਇਆ? ਇਹ ਜੀ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਹੋਇਆ ਜੀ। ਘੱਗਰ ਦੀ ਕੋਈ ਸਫਾਈ ਨਹੀਂ ਹੋਈ, ਘੱਗਰ ਦੇ ਕੋਈ ਕੰਮ ਨਹੀਂ ਹੋਇਆ ਹੈਗਾ ਪ੍ਰਸ਼ਾਸਨ ਤਰਫੋਂ। ਹਰ ਵਾਰ ਹੁੰਦਾ, ਤਕਰੀਬਨ ਇਸ ਵਾਰ ਜ਼ਿਆਦਾ ਹੋ ਗਿਆ, ਪਹਿਲਾਂ ਵੀ ਹੁੰਦਾ ਰਿਹਾ, ਪਾੜ ਪੈਂਦਾ ਰਿਹਾ ਜੀ, ਪਾਣੀ ਦਾ ਕਾਫੀ ਨੁਕਸਾਨ ਹੈ। ਇੱਥੇ ਇਸ ਰੋਡ 'ਤੇ ਇਹ ਮੂਣਕ ਤੋਂ ਪਾਤਣਾ ਰੋਡ ਆ, ਇਸ 'ਤੇ ਸਵੇਰੇ 5 ਵਜੇ 4 ਇੰਚ ਪਾਣੀ ਸੀ ਜੀ, ਹੁਣ 1.5 ਫੁੱਟ ਪਾਣੀ ਹੋ ਰਿਹਾ ਜੀ। ਵੀ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਇਹ ਸਾਫ਼ ਸਫਾਈ ਵਾਸਤੇ 1,00,000 ਰੁਪਇਆ ਜਾਣੀ ਕਿ ਉਹ ਦਿੱਤਾ ਜਾਂਦਾ ਹੈ, ਕੀ ਤੁਸੀਂ ਸਮਝਦੇ ਹੋ ਕਿ ਸਰਕਾਰ ਜਿਹੜੀ ਹੈ ਉਹ ਕਹਿਣੇ ਝੂਠ ਕਹਿੰਦੀ ਹੈ? ਇਹ ਕਾਗਜ਼ੀ ਦਾਅਵੇ ਨੇ ਜੀ, ਪ੍ਰਸ਼ਾਸਨ ਜੋ ਵੀ ਦਾਅਵੇ ਕਰ ਰਿਹਾ ਇਹ ਕਾਗਜ਼ਾਂ 'ਚ ਹੀ ਦਾਅਵੇ ਹੋ ਰਹੇ ਨੇ, ਉੱਥੇ ਨਹੀਂ ਹੁੰਦਾ ਜੀ ਕੰਮ। ਹਰ ਵਾਰ ਇਹਦੇ ਕਈ ਪਾਰਟ ਨੇ ਜੀ, ਪਹਿਲਾ ਪਾਰਟ ਸਫਾਈ ਨਾ ਹੋਣੀ, ਦੂਜਾ ਬੰਨ ਟੁੱਟ ਜਾਣਾ, ਤੀਜਾ ਪਾਣੀ ਜ਼ਿਆਦਾ ਵਹਾਅ ਹੋਣਾ, ਚੌਥਾ ਇੱਕ ਉਹ ਹੋਰ ਹੋਊਗਾ ਜੀ ਜਿਹੜਾ ਕਿ ਹੁਣ ਤਹਿਸੀਲਦਾਰਾਂ ਨੇ ਪਟਵਾਰੀਆਂ ਨੇ ਪੈਸਾ ਬਣਾਉਣਾ ਜੀ ਇਹਨਾਂ 'ਚੋਂ। ਜਾਣੀ ਕਿ ਤੁਸੀਂ ਇਹ ਸੋਚਦੇ ਕਿ ਇਸ ਸਾਰੇ ਕਾਸੇ ਪਿੱਛੇ ਜੋ ਵੀ ਅਸੀਂ ਸੁਣਨ 'ਚ ਆਇਆ ਵੀ ਪ੍ਰਸ਼ਾਸਨ ਦੀ ਨਲੈਕੀ ਨਾਲ ਹੀ ਜੋ ਇਹ ਸਾਰਾ ਕੁਛ ਹੋ ਰਿਹਾ, ਪ੍ਰਸ਼ਾਸਨ ਜਾਣੀ ਕਿ ਪਹਿਲਾਂ ਤਾਂ ਕੋਈ ਸਾਫ਼ ਸਫਾਈ ਵੱਲ ਧਿਆਨ ਨਹੀਂ ਦਿੰਦਾ, ਲੇਕਿਨ ਹੁਣ ਜਦੋਂ ਪਾੜ ਪੈ ਕੇ ਫਸਲ ਬਰਬਾਦ ਹੋ ਚੁੱਕੀ ਹੈ, ਹੁਣ DC ਤੋਂ ਲੈ ਕੇ ਸਾਰਾ ਮਹਿਕਮਾ ਉੱਥੇ ਬੈਠਾ ਹੈ, ਲੇਕਿਨ ਉਸ ਦਾ ਕੀ ਫਾਇਦਾ? ਦੇਖਣਾ ਹੋਵੇਗਾ ਕਿ ਹੁਣ ਅੱਗੇ ਇਹ ਪਾੜ ਕਿੰਨੀ ਦੇਰ ਤੱਕ ਬੰਦ ਕੀਤਾ ਜਾ ਸਕਦਾ ਹੈ, ਅਤੇ ਕਿੰਨੇ ਕੁ ਜਿਹੜੇ ਅੱਗੇ ਹੋਰ ਰਕਬੇ ਦਾ ਨੁਕਸਾਨ ਬਚਾਇਆ ਜਾ ਸਕਦਾ ਹੈ।
ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ, ਚੈਨਲ ਪੰਜਾਬ। ਸੰਗਰੂਰ ਹਲਕਾ ਭਗਵੰਤ ਮਾਨ ਦਾ ਹਲਕਾ ਜਿਨ੍ਹਾਂ ਵੱਲੋਂ ਇੱਕ ਵਾਰ ਵੀ ਆ ਕੇ ਸੰਗਰੂਰ ਵਾਸੀਆਂ ਦੀ ਸਾਰ ਨਹੀਂ ਲਈ ਗਈ, ਜਿਸ ਤੋਂ ਲੋਕ ਕਾਫੀ ਖਫਾ ਨੇ। ਪਿਛਲੇ ਸਾਲ ਭਗਵੰਤ ਮਾਨ ਵੱਲੋਂ ਘੱਗਰ ਦਰਿਆ ਦਾ ਦੌਰਾ ਕੀਤਾ ਗਿਆ ਸੀ, ਪਰ ਇਸ ਵਾਰ ਉਹ ਕਿਉਂ ਨਹੀਂ ਆਏ, ਇਹ ਬਹੁਤ ਵੱਡਾ ਸਵਾਲ ਹੈ ਜਿਸ ਦਾ ਜਵਾਬ ਜਨਤਾ ਜਾਣਨਾ ਚਾਹੁੰਦੀ ਹੈ। ਆਓ ਇੱਕ ਨਜ਼ਰ ਮਾਰਦੇ ਹਾਂ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਤੇ। ਇਸ ਵਕਤ ਅਸੀਂ ਖਨੌਰੀ ਦੇ ਵਿੱਚ ਘੱਗਰ ਦਰਿਆ ਦੇ ਕਿਨਾਰੇ ਖੜੇ ਹਾਂ। 747 ਆਮ ਤੌਰ ਤੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਬੋਲੀ ਸੀ ਕਿ ਇਹ ਜਿਹੜਾ ਏਰੀਆ ਇਹ ਘੱਗਰ ਦੀ ਮਾਰ ਦਾ ਏਰੀਆ, ਮਤਲਬ ਹਰ ਸਾਲ ਭਾਵੇਂ ਬਰਸਾਤ ਹੋਵੇ ਨਾ ਹੋਵੇ, ਇਸ ਵਾਰ ਤਾਂ ਬਰਸਾਤ ਵੀ ਥੋੜ੍ਹੀ ਜ਼ਿਆਦਾ ਹੋ ਗਈ। ਇਹਨਾਂ ਨੇ ਇਹਨਾਂ ਦੀ ਕਿਸਮਤ ਦੇ ਵਿੱਚ ਹੜ੍ਹ ਲਿਖੇ ਹੀ ਲਿਖੇ ਨੇ, ਕਿਉਂਕਿ ਕਾਗਜ਼ਾਂ ਦੇ ਵਿੱਚ ਇਸ ਜਿਹੜੇ ਘੱਗਰ ਨੂੰ ਪਤਾ ਨਹੀਂ ਕਿੰਨੀ ਕੁ ਵਾਰ ਸਾਫ਼ ਕਰਤਾ ਹੋਣਾ, ਕਾਗਜ਼ਾਂ 'ਚ ਦੇਖੀਏ ਤਾਂ ਸ਼ਾਇਦ ਇਹ ਬਹੁਤ ਵਾਰ ਸ਼ਾਇਦ ਪੱਕਾ ਹੀ ਕਰਤਾ ਹੋਊਗਾ ਕਾਗਜ਼ਾਂ 'ਚ ਤਾਂ, ਪਰ ਧਰਤੀ 'ਤੇ ਆ ਕੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਭਾਖੜਾ ਜਾ ਰਹੀ ਹੈ, ਉਹ ਜਿਹੜੇ ਜਿੱਥੇ ਉਹ ਟ੍ਰੈਫਿਕ ਜਾ ਰਹੀ ਹੈ ਭਾਖੜਾ ਦੇ ਥੱਲੋਂ ਦੀ ਜਿਹੜਾ ਘੱਗਰ ਲੰਘਦਾ ਇੱਥੇ ਆ ਕੇ ਟੱਕਰ ਲੱਗ ਜਾਂਦੀ ਹੈ। ਸੋ ਹੁਣ ਜਿਹੜਾ ਥੋੜ੍ਹਾ ਜਿਹਾ ਅੱਗੇ ਕਿਉਂਕਿ ਜਿਹੜਾ ਉਹਦੀ ਚੜ੍ਹਾਈ ਵਧਾ ਦਿੱਤੀ ਗਈ ਹੈ, ਇਸ ਕਰਕੇ ਇੱਥੇ ਫਲੋ ਜਿਹੜਾ ਉਹ ਥੋੜ੍ਹਾ ਜਿਹਾ ਘੱਟ ਗਿਆ, ਪਰ ਅੱਗੇ ਜਦੋਂ ਹੁਣ ਪਜਾਵਾਂਗੇ ਉੱਥੇ ਤੁਸੀਂ ਦੇਖੋਗੇ ਉਹੀ ਹਾਲ ਹੈ। ਚਾਂਦੂ, ਮਕੋੜ ਸਾਹਿਬ, ਇਹ ਸਰਦੂਲਗੜ੍ਹ ਤੱਕ ਅੱਗੇ ਜਾ ਕੇ ਮਾਰ ਕਰਦਾ। ਪਾਰਲੀਮੈਂਟ 'ਚ ਵੀ ਮੈਂ ਇਹ ਗੱਲ ਉਠਾਈ ਸੀ ਕਿ ਕਿਰਪਾ ਕਰਕੇ ਜਿੰਨਾ ਪੈਸਾ ਇਹਨਾਂ ਨੂੰ ਬਾਅਦ 'ਚ ਮੁਆਵਜ਼ੇ ਦਾ ਅਨਾਊਂਸ ਕਰ ਦਿਓ, ਜੇ ਕਿਤੇ ਉਦੋਂ ਅੱਧਾ ਪੈਸਾ ਹੀ ਇਹਦੀ ਸਫਾਈ ਵਾਸਤੇ ਪਹਿਲਾਂ ਹੀ ਲਾ ਦਿਓ ਕਿ ਬਾਰਿਸ਼ਾਂ ਤਾਂ ਆਉਣੀਆਂ ਆਉਣੀਆਂ ਨੇ ਤਾਂ ਸ਼ਾਇਦ ਮੁਆਵਜ਼ਾ ਨਾ ਦੇਣਾ ਪਵੇ। ਆਖਿਰ ਆਪਣਾ ਹਲਕਾ ਛੱਡ ਭਗਵੰਤ ਮਾਨ ਕਿੱਧਰ ਗਾਇਬ ਹੋ ਗਏ ਨੇ, ਜਿਨ੍ਹਾਂ ਨੇ ਇੱਕ ਵਾਰ ਵੀ ਸੰਗਰੂਰ ਵਾਸੀਆਂ ਦੀ ਸਾਰ ਤੱਕ ਨਹੀਂ ਲਈ। ਲੋਕ ਵੀ ਇਸ ਗੱਲ ਤੋਂ ਕਾਫੀ ਖਫਾ ਨੇ। ਦੂਸਰੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇਖ ਕੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਸੰਗਰੂਰ ਤੋਂ ਗੁਲਜ਼ਾਰ ਮੱਲੀ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।